ਜਾਰੀ ਹੈ। ਕੋਰੋਨਾ ਵਾਇਰਸ ਕਰਕੇ ਜਿੱਥੇ ਪੂਰੇ ਦੇਸ਼ ਵਿੱਚ ਕਰਫਿਊ ਲੱਗਾ ਹੋਇਆ ਹੈ ਅਤੇ ਮੈਡੀਕਲ ਸੇਵਾਵਾਂ ਵੀ ਪੂਰੀ ਤਰ੍ਹਾਂ ਠੱਪ ਹਨ, ਉੱਥੇ ਹੀ ਬਠਿੰਡਾ ਵਿਖੇ 108 ਐਂਬੂਲੈਂਸ ਵਿੱਚ ਡਿਲੀਵਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੱਚਾ ਅਤੇ ਬੱਚਾ ਦੋਨੋਂ ਸਹੀ ਸਲਾਮਤ ਸਿਹਤਮੰਦ ਹਨ। ਇਸ ਮੌਕੇ ਤੇ ਗੁਰਲਾਲ ਸਿੰਘ EMT ਅਤੇ ਬੱਚੇ ਦੇ ਪਿਤਾ ਨੇ ਕਿਹਾ ਤੇ ਸਾਡੀ ਗੱਡੀ 108 ਐਂਬੂਲੈਂਸ ਕੋਟਸਮੀਰ ਖੜ੍ਹਦੀ ਹੈ, ਜੋ ਕਿ ਸਾਨੂੰ 10:10 'ਤੇ ਕੋਟਫਤੇ ਤੋਂ ਲੱਖਾ ਸਿੰਘ ਦੇ ਘਰੋਂ ਕਾਲ ਆਈ ਕਿ ਉਹਨਾਂ ਦੇ ਘਰ ਇੱਕ ਡਿਲੀਵਰੀ ਕੇਸ ਸੀ, ਜੋ ਕਿ ਇਹਨਾਂ ਨੇ ਬਠਿੰਡੇ ਹੋਸਪਿਟਲ ਜਾਣਾ ਸੀ। ਸਾਨੂੰ ਇਹਨਾਂ ਨੇ ਫੋਨ ਕੀਤਾ ਅਤੇ ਅਸੀਂ ਉੱਥੇ 10:25-30 'ਤੇ ਪਹੁੰਚ ਗਏ ਅਤੇ ਉੱਥੋਂ ਅਸੀਂ ਪੇਸ਼ੈਂਟ ਪਾ ਕੇ ਬੋਰਡ ਕਰਕੇ ਦੇ ਆ ਰਹੇ ਸੀ। ਰਸਤੇ ਵਿੱਚ ਅਚਾਨਕ ਪੇਸ਼ੈਂਟ ਨੂੰ ਦਰਦ ਹੋਇਆ ਅਤੇ ਅਸੀਂ ਰਸਤੇ 'ਚ ਗੱਡੀ ਸਾਈਡ 'ਤੇ ਲਗਾ ਕੇ ਅਤੇ ਪੇਸ਼ੈਂਟ ਨੂੰ ਦੇਖਿਆ ਅਤੇ ਪੇਸ਼ੈਂਟ ਨੂੰ ਦਰਦਾਂ ਲੈ ਰਹੀਆਂ ਸੀ ਅਤੇ ਚੈੱਕ ਕੀਤਾ ਕਿ ਬੱਚਾ ਗੱਡੀ ਵਿੱਚ ਹੀ ਹੋਣਾ ਸੀ। ਜੇ ਅਸੀਂ ਵੇਟ ਕਰਦੇ ਤਾਂ ਬੱਚੇ ਦੇ ਮਾਂ ਦੇ ਨੁਕਸਾਨ ਹੋ ਸਕਦਾ ਸੀਗਾ, ਇਸ ਕਰਕੇ ਅਸੀਂ ਰਸਤੇ 'ਚ ਹੀ ਡਿਲੀਵਰੀ ਕਰਵਾਤੀ ਅਤੇ ਉਹਨਾਂ ਨੂੰ ਬੱਚੇ ਦੇ ਮਾਂ ਨੂੰ ਹੋਸਪਿਟਲ ਪਹੁੰਚਾ ਦਿੱਤਾ। ਬੱਚਾ ਅਤੇ ਜੱਚਾ ਦੋਨੇ ਹੁਣ ਨੋਰਮਲ ਹੈਗੇ? ਹਾਂਜੀ, ਹੁਣ ਮਾਂ ਅਤੇ ਬੱਚਾ ਬਿਲਕੁਲ ਨੋਰਮਲ। ਇਹ ਆਪਣਾ ਬੱਚਾ ਦਰਦ ਹੋਈ ਮੇਰੇ ਘਰ ਰਿਸ਼ਤੇਦਾਰਾਂ ਦੀ, ਇਹ ਗੱਡੀ ਲੈ ਕੇ ਗਏ, ਬਹੁਤ ਬਹੁਤ ਧੰਨਵਾਦ ਜੀ ਨੇ ਡਰਾਈਵ ਕਰੇ, ਪਿੱਛੇ ਕਰਤਾ ਜੀ, ਬਹੁਤ ਵਧੀਆ ਤਰ੍ਹਾਂ ਧੰਨਵਾਦ ਕਰਤਾ ਤੁਹਾਨੂੰ ਕਰ ਰਹੇ। ਹੁਣ ਬੱਚਾ ਅਤੇ ਲੇਡੀਜ਼ ਨੋਰਮਲ ਹੈਗੇ? ਠੀਕ ਠਾਕ ਹੈ, ਨੋਰਮਲ ਆ ਜੀ, ਠੀਕ ਠਾਕ ਹੈ ਜੀ।